सारे देशों प्रदेशों बैठिया सारे पंजाब लोहड़ी दी बधाइयां बहुत बहुत बधाइयां। दफ्तर च आए सी बच्चे दे दफ्तर च आए सी बहुत वधिया लग्या वधिया काम करो माता जी सारे पंजाब च घूम रहे हो किद्दां देख रहे हो बहुत वधिया देख रहे हो हुण चल जांदा बहुत शुद्ध काम हो जांदे ने बहुत साल हो गए गलत काम होया नूं हजे तां 6-8 महीने होए ने कोई की कहूगा कुड़ियां दी भी लोहड़ी मनाओ कुड़ियां दी जान के ज्यादा मनाओ धीआं हो ਹੁਣ ਤਾਂ ਕੁੜੀਆਂ ਵੀ ਜਿਹੜੇ ਹੈਗਾ ਮੁੰਡੇ ਤੋਂ ਘੱਟ ਨਹੀਂ ਬੜੇ ਆਉਂਦੇ ਤੇ ਨਾਲ ਵੱਧ ਰੱਖਦੇ ਆ ਅਸੀਂ ਆਪ ਵੱਧ ਰੱਖਦੇ ਬੱਚੀਆਂ ਦੀ ਲੋਹੜੀ ਵੀ ਮਨਾਓ ਪੰਜਾਬੀਓ ਜਿੱਥੇ ਜਿੱਥੇ ਬੈਠੇ ਹੋ ਬੱਚੀਆਂ ਨੂੰ ਆਪਦੇ ਨੂੰ ਬੱਚਿਆਂ ਨੂੰ ਵੀ ਪਿਆਰ ਜ਼ਿਆਦਾ ਜਦੋਂ ਮਾਂ ਦਫ਼ਤਰ 'ਚ ਆ ਜਾਵੇ ਮਾਂ ਦੇ ਚਰਨ ਪੈ ਜਾਣ ਇਸ ਤੋਂ ਵੱਡਾ ਦਿਨ ਕਿਹੜਾ ਮੁਬਾਰਕ ਹੋ ਸਕਦਾ ਹੈ ਜੀ ਅੱਜ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਕ੍ਰਾਂਤੀਕਾਰੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਇਹਨਾਂ ਦੇ ਮਾਤਾ ਜੀ ਸਾਡੇ ਮਾਤਾ ਜੀ ਨਾਭੇ MLA ਆਫਿਸ ਦੇ ਵਿੱਚ ਆਏ ਨੇ ਇੱਥੇ ਚਰਨ ਪਾਏ ਨੇ ਆਸ਼ੀਰਵਾਦ ਦਿੱਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਪਰ ਜਦੋਂ ਮਾਂ ਦਾ ਆਸ਼ੀਰਵਾਦ ਨਾਲ ਹੋਵੇ ਫਿਰ ਪੰਜਾਬ ਦੀ ਜਿਹੜੀ ਵੀ ਵੱਡੀ ਤੋਂ ਵੱਡੀ ਸਮੱਸਿਆ ਉਹਦਾ ਹੱਲ ਵੀ ਲਾਜ਼ਮੀ ਹੋਊਗਾ ਜਿਵੇਂ ਸਾਡੀ ਸਰਕਾਰ ਮੁੱਖ ਮੰਤਰੀ ਸਾਹਿਬ ਕੰਮ ਕਰ ਰਹੇ ਨੇ ਔਰ ਤਕਰੀਬਨ 7-8 ਮਹੀਨਿਆਂ ਦੇ ਵਿੱਚ ਉਹ ਕੰਮ ਕਰਤੇ ਜਿਹੜੇ ਪਿਛਲੇ 70 ਸਾਲਾਂ 'ਚ ਨਹੀਂ ਹੋਏ ਔਰ ਆਉਣ ਵਾਲੇ ਸਮੇਂ 'ਚ ਹੋਰ ਵੀ ਬਿਹਤਰ ਕੰਮ ਹੋਣਗੇ ਔਰ ਇਸੇ ਤਰੀਕੇ ਨਾਲ ਪੰਜਾਬ ਜਿਹੜਾ ਅੱਗੇ ਤੋਂ ਅੱਗੇ ਵੱਧਦਾ ਜਾਏਗਾ ਪੰਜਾਬ ਤਰੱਕੀ ਕਰੇਗਾ ਪਰ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਬਾਹਰਲੇ ਮੁਲਕਾਂ ਵਾਲੇ ਪਾਸੇ ਕੂਚ ਕਰ ਰਹੇ ਸੀ ਹੌਲੀ ਹੌਲੀ ਉਹਨਾਂ ਦਾ ਇੱਥੇ ਜਿਹੜਾ ਰੁਕਣਾ ਸ਼ੁਰੂ ਹੋ ਜਾਏਗਾ ਕੰਮ ਕਰ ਇੱਥੇ ਸਾਰੇ ਕਰਨਗੇ ਸੋ ਇਹ ਅੱਜ ਦਾ ਮੁਬਾਰਕ ਦਿਨ ਸੀਗਾ ਮਾਂ ਸਾਡੇ ਦਫ਼ਤਰ 'ਚ ਆਈ ਹੈ ਤਾਂ ਬੱਚੇ ਇਹਨਾਂ ਦੇ ਇਹਨਾਂ ਨੇ ਸਾਨੂੰ ਆਸ਼ੀਰਵਾਦ ਦਿੱਤਾ ਔਰ ਲੋਹੜੀ ਦੀਆਂ ਮੁਬਾਰਕਾਂ ਵੀ ਦਿੱਤੀਆਂ ਨੇ ਤੁਹਾਨੂੰ ਵੀ ਸਾਰਿਆਂ ਨੂੰ ਦੇਸ਼ਾਂ ਵਿਦੇਸ਼ਾਂ 'ਚ ਦੁਨੀਆ ਭਰ ਦੇ ਵਿੱਚ ਜਿਹੜੇ ਵੀ ਪੰਜਾਬੀਅਤ ਨੂੰ ਪਿਆਰ ਕਰਦੇ ਨੇ ਪੰਜਾਬ ਨੂੰ ਪਿਆਰ ਕਰਦੇ ਨੇ ਔਰ ਜਿਨ੍ਹਾਂ ਦੀਆਂ ਦੁਆਵਾਂ ਸਦਕਾ ਪੰਜਾਬ ਦੇ ਵਿੱਚ ਪ੍ਰਚੰਡ ਬਹੁਮਤ ਦੀ ਸਰਕਾਰ ਬਣੀ ਹੈ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣੇ ਨੇ ਸਭ ਨੂੰ ਦਿਲ ਦੀ ਗਹਿਰਾਈਆਂ ਤੋਂ ਲੋਹੜੀ ਦੀਆਂ ਮਾਘੀ ਦੀਆਂ ਬਹੁਤ ਬਹੁਤ ਮੁਬਾਰਕਾਂ ਸ਼ੁਭਕਾਮਨਾਵਾਂ ਸਾਰੇ ਦੇਸ਼ਾਂ ਪ੍ਰਦੇਸ਼ਾਂ 'ਚ ਬੈਠਿਆਂ ਨੂੰ ਸਾਰੇ ਪੰਜਾਬ ਨੂੰ ਲੋਹੜੀ ਦੀਆਂ ਵਧਾਈਆਂ ਬਹੁਤ ਬਹੁਤ ਵਧਾਈਆਂ ਦਫ਼ਤਰ 'ਚ ਆਏ ਸੀ ਬੱਚੇ ਦੇ ਦਫ਼ਤਰ 'ਚ ਆਏ ਸੀ ਬਹੁਤ ਵਧੀਆ ਲੱਗਿਆ ਵਧੀਆ ਕੰਮ ਕਰੋ ਮਾਤਾ ਜੀ ਸਾਰੇ ਪੰਜਾਬ 'ਚ ਘੁੰਮ ਰਹੇ ਹੋ ਕਿੱਦਾਂ ਦੇਖ ਰਹੇ ਹੋ ਤੁਸੀਂ ਬਹੁਤ ਵਧੀਆ ਦੇਖ ਰਹੇ ਹੋ ਹੁਣ ਚੱਲ ਜਾਂਦਾ ਬਹੁਤ ਸ਼ੁੱਧ ਕੰਮ ਹੋ ਜਾਂਦੇ ਨੇ ਬਹੁਤ ਸਾਲ ਹੋ ਗਏ ਗਲਤ ਕੰਮ ਹੋਇਆ ਨੂੰ ਹਜੇ ਤਾਂ 6-8 ਮਹੀਨੇ ਹੋਏ ਨੇ ਕੋਈ ਕੀ ਕਹੂਗਾ ਕੁੜੀਆਂ ਦੀ ਵੀ ਲੋਹੜੀ ਮਨਾਓ ਕੁੜੀਆਂ ਦੀ ਜਾਣ ਕੇ ਜ਼ਿਆਦਾ ਮਨਾਓ ਧੀਆਂ ਹੋ ਹੁਣ ਤਾਂ ਕੁੜੀਆਂ ਵੀ ਜਿਹੜੇ ਹੈਗਾ ਮੁੰਡੇ ਤੋਂ ਘੱਟ ਨਹੀਂ ਬੜੇ ਆਉਂਦੇ ਤੇ ਵੱਧ ਰੱਖਦੇ ਆ ਅਸੀਂ ਆਪ ਵੱਧ ਰੱਖਦੇ ਬੱਚੀਆਂ ਦੀ ਲੋਹੜੀ ਵੀ ਮਨਾਓ ਪੰਜਾਬੀਓ ਜਿੱਥੇ ਜਿੱਥੇ ਬੈਠੇ ਹੋ ਬੱਚਿਆਂ ਨੂੰ ਆਪਦੇ ਨੂੰ ਬੱਚਿਆਂ ਨੂੰ ਵੀ ਪਿਆਰ ਜ਼ਿਆਦਾ ਜਦੋਂ ਮਾਂ ਦਫ਼ਤਰ 'ਚ ਆ ਜਾਵੇ ਮਾਂ ਦੇ ਚਰਨ ਪੈ ਜਾਣ ਇਸ ਤੋਂ ਵੱਡਾ ਦਿਨ ਕਿਹੜਾ ਮੁਬਾਰਕ ਹੋ ਸਕਦਾ ਜੀ ਅੱਜ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਕ੍ਰਾਂਤੀਕਾਰੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਇਹਨਾਂ ਦੇ ਮਾਤਾ ਜੀ ਸਾਡੇ ਮਾਤਾ ਜੀ ਨਾਭੇ MLA ਆਫਿਸ ਦੇ ਵਿੱਚ ਆਏ ਨੇ ਇੱਥੇ ਚਰਨ ਪਾਏ ਨੇ ਆਸ਼ੀਰਵਾਦ ਦਿੱਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਪਰ ਜਦੋਂ ਮਾਂ ਦਾ ਆਸ਼ੀਰਵਾਦ ਨਾਲ ਹੋਵੇ ਫਿਰ ਪੰਜਾਬ ਦੀ ਜਿਹੜੀ ਵੀ ਵੱਡੀ ਤੋਂ ਵੱਡੀ ਸਮੱਸਿਆ ਉਹਦਾ ਹੱਲ ਵੀ ਲਾਜ਼ਮੀ ਹੋਊਗਾ ਜਿਵੇਂ ਸਾਡੀ ਸਰਕਾਰ ਮੁੱਖ ਮੰਤਰੀ ਸਾਹਿਬ ਕੰਮ ਕਰ ਰਹੇ ਨੇ ਔਰ ਤਕਰੀਬਨ 7-8 ਮਹੀਨਿਆਂ ਦੇ ਵਿੱਚ ਉਹ ਕੰਮ ਕਰਤੇ ਜਿਹੜੇ ਪਿਛਲੇ 70 ਸਾਲਾਂ 'ਚ ਨਹੀਂ ਹੋਏ ਔਰ ਆਉਣ ਵਾਲੇ ਸਮੇਂ 'ਚ ਹੋਰ ਵੀ ਬਿਹਤਰ ਕੰਮ ਹੋਣਗੇ ਔਰ ਇਸੇ ਤਰੀਕੇ ਨਾਲ ਪੰਜਾਬ ਜਿਹੜਾ ਅੱਗੇ ਤੋਂ ਅੱਗੇ ਵੱਧਦਾ ਜਾਏਗਾ ਪੰਜਾਬ ਤਰੱਕੀ ਕਰੇਗਾ ਪਰ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਬਾਹਰਲੇ ਮੁਲਕਾਂ ਵਾਲੇ ਪਾਸੇ ਕੂਚ ਕਰ ਰਹੇ ਸੀ ਹੌਲੀ ਹੌਲੀ ਉਹਨਾਂ ਦਾ ਇੱਥੇ ਜਿਹੜਾ ਰੁਕਣਾ ਸ਼ੁਰੂ ਹੋ ਜਾਏਗਾ ਕੰਮ ਕਰ ਇੱਥੇ ਸਾਰੇ ਕਰਨਗੇ ਸੋ ਇਹ ਅੱਜ ਦਾ ਮੁਬਾਰਕ ਦਿਨ ਸੀਗਾ ਮਾਂ ਸਾਡੇ ਦਫ਼ਤਰ 'ਚ ਆਈ ਹੈ ਤਾਂ ਬੱਚੇ ਇਹਨਾਂ ਦੇ ਇਹਨਾਂ ਨੇ ਸਾਨੂੰ ਆਸ਼ੀਰਵਾਦ ਦਿੱਤਾ ਔਰ ਲੋਹੜੀ ਦੀਆਂ ਮੁਬਾਰਕਾਂ ਵੀ ਦਿੱਤੀਆਂ ਨੇ ਤੁਹਾਨੂੰ ਵੀ ਸਾਰਿਆਂ ਨੂੰ ਦੇਸ਼ਾਂ ਵਿਦੇਸ਼ਾਂ 'ਚ ਦੁਨੀਆ ਭਰ ਦੇ ਵਿੱਚ ਜਿਹੜੇ ਵੀ ਪੰਜਾਬੀਅਤ ਨੂੰ ਪਿਆਰ ਕਰਦੇ ਨੇ ਪੰਜਾਬ ਨੂੰ ਪਿਆਰ ਕਰਦੇ ਨੇ ਔਰ ਜਿਨ੍ਹਾਂ ਦੀਆਂ ਦੁਆਵਾਂ ਸਦਕਾ ਪੰਜਾਬ ਦੇ ਵਿੱਚ ਪ੍ਰਚੰਡ ਬਹੁਮਤ ਦੀ ਸਰਕਾਰ ਬਣੀ ਹੈ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣੇ ਨੇ ਸਭ ਨੂੰ ਦਿਲ ਦੀ ਗਹਿਰਾਈਆਂ ਤੋਂ ਲੋਹੜੀ ਦੀਆਂ ਮਾਘੀ ਦੀਆਂ ਬਹੁਤ ਬਹੁਤ ਮੁਬਾਰਕਾਂ ਸ਼ੁਭਕਾਮਨਾਵਾਂ